ਨਮਸਕਾਰ ਦੋਸਤੋ, ਕੀ ਹਾਲ ਚਾਲ ਨੇ? ਸਵਾਗਤ ਕਰਦੇ ਤੁਹਾਡੇ ਆਪਣੇ ਚੈਨਲ 'ਤੇ ਸਾਗਰ ਜੀ ਬਲੌਗਸ। ਬਾਣੀ ਸੰਧੂ ਦੀਦੀ ਨਮਸਤੇ ਜੀ, ਸ਼੍ਰੀ ਵਿਰਾਨ ਮਹਾਰਾਜ ਨਮਸਤੇ ਜੀ, ਅਤੇ ਦੋਵਾਂ ਦਾ ਗਾਣਾ ਕੱਢਿਆ ਆ ਜੀ, 8 ਵਜੇ ਚੰਦਰ ਨੇ ਵਰਦਾਤ ਕਰਤੀ। ਤਾਂ ਗਾਣੇ ਦਾ ਬੋਲ ਸੁਣੋ ਯਾਰ, ਤੁਸੀਂ ਕੀ ਕਹਿੰਦੇ ਨੇ ਭਾਅ ਜੀ? 8 ਵਜੇ ਚੰਦਰ ਨੇ ਵਰਦਾਤ ਕਰਤੀ, ਸਾਲਾਂ ਦੇ ਅਸੀਂ ਸੋਹਣਿਆ ਹਾਂ, ਹਾਂਜੀ ਦੋਸਤੋ। ਬਾਣੀ ਸੰਧੂ ਦੀਦੀ ਕੀ ਲੈਣ ਗਈ ਸੀ? ਪਤਾ ਚਿਪਸ ਪੈਡ ਲੈਣ ਗਈ ਸੀ, ਕੀ ਲੈਣ ਗਈ ਸੀਗੀ? ਅਤੇ ਬੰਦੇ ਨੇ ਇੱਦਾਂ ਬਾਂਹ ਗੁੱਟ ਫੜ ਲਿਆ, ਛਿੜੀ ਜਾਂਦਾ, ਭਾਬੀ ਨੇ ਚਪੇੜ ਮਾਰਤੀ ਅੱਗੇ। ਉਹ ਕਹਿੰਦੇ ਜਾਣੀ ਕਿ ਭਾਅ ਜੀ ਹੁਣ ਡਿਸਕ੍ਰਾਈਬ ਕਰਨਗੇ ਸ਼੍ਰੀ ਵਿਰਾਨ ਭਾਅ ਜੀ, ਕਿ ਉਹਨਾਂ ਯਾਰ ਦੋਸਤ ਭਾਅ ਜੀ ਦੱਸਦੇ ਪਏ ਆ ਕਿ ਫਿਰ ਤੁਹਾਡੀ ਤਾਂ ਭਾਬੀ ਲੱਗੀ ਨਾ ਆਪਣਾ। ਭਾਅ ਦੀਦੀ ਕਹਿੰਦੇ ਪਏ ਕਿ ਦੀਦੀ ਨੇ ਥੱਪੜ ਮਾਰਤਾ ਉਹਦੇ ਠਾ ਕਰਕੇ ਇੱਦਾਂ, ਠੀਕ ਹੈ ਜੀ। ਹੁਣ ਅੱਗੇ ਕਰ ਕੀ ਰਹੇ ਨੇ ਗੱਲ, ਕਹਿੰਦੇ ਕਿ ਮੈਂ ਜੋ ਦੱਸਿਆ ਉਹਨੂੰ ਕਿ ਇੱਦਾਂ ਤਾਂ ਮੈਨੂੰ ਵਾਰਦਾਤ ਹੋਈ ਆ, ਇਹ ਜਗ੍ਹਾ 'ਤੇ ਹੋਈ ਆ, ਕਿ ਅੱਗੇ ਬੰਦਾ ਸੀਗਾ ਗੁੰਡਾ ਉਹ ਜਿਹਨੇ ਮੇਰੇ ਨਾਲ ਵਾਰਦਾਤ ਕੀਤੀ ਆ। ਉਸ ਟਾਈਮ ਮੈਂ ਚਪੇੜ ਮਾਰ ਕੇ ਨਿਕਲ ਆਈ, ਅਤੇ ਲੇਕਿਨ ਉਹ ਬੰਦਾ ਜਿਹਨੇ ਮੇਰੇ 'ਤੇ ਨਿਕਾਹ ਫਿਰ ਵੀ ਮਾੜੀ ਰੱਖੀ ਆ, ਅਤੇ ਮੈਨੂੰ ਛੱਡਦਾ ਨਹੀਂ ਹੈਗਾ। ਇਸ ਕਰਕੇ ਭਾਅ ਜੀ ਕੀ ਕਹਿ ਰਹੇ ਨੇ, ਸ਼੍ਰੀ ਵਿਰਾਟ ਭਾਅ ਜੀ ਵੱਲੋਂ ਕਹਿ ਰਹੀ ਆਪਣੀ ਦੀਦੀ ਬਾਣੀ ਦੀਦੀ ਕਹਿ ਰਹੀ ਹੈਗੀ ਆ ਕਿ 7 ਵਜੇ ਚੰਦਰਾ ਪੈਗ ਲਾ ਰਿਹਾ ਜਦੋਂ ਮੈਂ ਫੋਨ ਕੀਤਾ, ਅਤੇ 8 ਵਜੇ ਚੰਦਰੇ ਨੇ ਵਾਰਦਾਤ ਕਰਤੀ, ਯਾਨੀ ਕਿ ਘੰਟੇ ਅੰਦਰ ਹੀ ਬੰਦਾ ਉੱਥੇ ਭਾਅ ਜੀ ਪੈਗ 4 ਪੈਗ 'ਚ ਪੈਗ ਲਾ ਲਏ ਸੀ ਭਾਈ ਨੇ, ਫਿਰ ਵੀ ਨਾਲ ਬਰਗਰ ਖਾ ਰਿਹਾ ਸੀ, ਅਤੇ ਭਾਈ ਜਾ ਕੇ ਉਹ ਬੰਦੇ ਨੇ ਛੱਡਿਆ ਆ। ਨਾਲ ਭਾਈ ਦੇ 8 ਜਣੇ ਸੀਗੇ, ਹਰਿਆਣੇ ਦੇ ਵੀ ਨਾਲ ਬੰਦੇ ਸੀਗੇ, ਅਤੇ ਕਹਿੰਦੇ ਥਾਰਾ ਭਾਈ ਥਾਰੇ ਸਾਥ ਹੈ ਹਮਾਰੇ ਭਾਈ ਹਮ ਉਸਕੋ ਮਾਰੇਂਗੇ। ਤਾਂ ਜਿਹੜਾ ਬੰਦਾ ਉਹ ਸੀਗਾ ਉਹ ਕੋ ਸੀਗੀ P90 ਗਨ, ਅਤੇ ਭਾਈ ਇੱਦਾਂ ਗਨ ਖੋ ਕੇ ਉੱਕੋ ਉਹਨਾਂ ਨੂੰ ਡਰਾਉਂਦੇ ਨੇ, ਚੱਲ ਸਾਲ ਜਿੱਦਾਂ ਫਿਲਮ ਦਾ ਹੀ ਕਰਦੇ ਆ। ਹੁਣ ਤਾਂ ਕਹਿੰਦੇ ਉਹਨੇ ਸਾਗਰ ਕੀ ਕਹਿੰਦਾ ਆ, ਗਾਣਾ ਤੁਹਾਨੂੰ ਡਿਸਕ੍ਰਾਈਬ ਕੀਤਾ ਆ, ਅਤੇ ਇਸ ਗਾਣੇ ਨੂੰ ਬਣਾਉਂਦਾ ਇੱਕ ਮਤਲਬ ਹੈਗਾ ਆ, ਸ਼ੇਰ ਨੂੰ ਸ਼ੇਰ ਟੱਕਰੇ ਨਾ ਫਿਰ ਹੀ ਸ਼ੇਰ ਨਹੀਂ ਕਹਿੰਦੀ ਹਾਂ ਵੀ ਆਹ ਸ਼ੇਰ ਮੇਰਾ ਆ, ਅਤੇ ਅੱਗੇ ਜੋ ਬੱਬਰ ਸ਼ੇਰ ਟੱਕਰੇ ਨਾ ਅਤੇ ਉਹ ਕਹਿੰਦੇ ਬੱਬਰ ਸ਼ੇਰ ਮੇਰਾ ਆ। ਕਿ ਇਸ ਕਰਕੇ ਭਾਅ ਜੀ ਤੁਸੀਂ ਇਹ ਸ਼੍ਰੀ ਵਿਰਾਜ ਜੀ ਦਾ ਸੁਣੋ ਕਿ ਭਾਅ ਜੀ ਕੀ ਕਹਿ ਰਹੇ ਨੇ ਹੁਣ। ਹਾਂਜੀ ਦੋਸਤੋ, ਇਸ ਗਾਣੇ ਵਿੱਚ ਸ਼੍ਰੀ ਵਿਰਾਟ ਭਾਅ ਜੀ ਕਹਿੰਦੇ ਨੇ ਕਿ ਬੰਦਾ ਮਸਤ ਚਾਲ ਚੱਲਦਾ ਰਹੇ ਆਪਣੀ ਜ਼ਿੰਦਗੀ ਦਾ, ਠੀਕ ਆ, ਸਾਨੂੰ ਕਿਸੇ ਦੀ ਕੋਈ ਲੋੜ ਨਹੀਂ ਹੈਗੀ। ਬਾਣੀ ਸੰਧੂ ਦੀਦੀ ਕਹਿ ਰਹੀ ਹੈਗੀ ਆ ਕਿ ਉਹ ਪੈਗ ਲਾਉਂਦਾ ਹੋਇਆ ਸੀ, ਮੈਂ ਜਦੋਂ ਗੱਲ ਦੱਸੀ ਤਾਂ ਪੈਗ ਲਾਏ 'ਚ ਬੰਦਾ ਅੱਥਰ ਹੀ ਜਾਂਦਾ ਆ, ਵੈ ਵੀ ਸੁਭਾਅ ਗੁੱਸੇ ਵਾਲਾ ਹੀ ਆ ਉਹਦਾ, ਅਤੇ ਅੱਗੇ ਜੋ ਗੁੰਡੇ ਦਾ ਸੁਭਾਅ ਗੁੱਸੇ ਵਾਲਾ ਸੀਗਾ, ਅਤੇ ਇਹਨੇ 7 ਵਜੇ ਪੈਗ ਲਾਉਂਦਾ ਸੀ, ਅਤੇ 8 ਵਜੇ ਜਾ ਕੇ ਇਹਨੂੰ ਠੋਕ ਦਿੱਤਾ ਬੰਦੇ ਨੂੰ। ਭਾਬੀ ਕਹਿੰਦੀ ਕਿ ਮੈਂ ਉਹਨੂੰ ਮਿਲਣ ਵੀ ਗਈ ਸੀ, ਅਤੇ ਜਿਹਦਾ ਮਿਲਣ ਦਿਲ ਵੀ ਕਰਦਾ ਹੁੰਦਾ ਆ, ਇੱਕ ਦੂਜੇ ਨੂੰ ਕਪਲ ਵਿੱਚ ਤਾਂ ਇੱਦਾਂ ਹੁੰਦਾ ਹੀ ਰਹਿੰਦਾ ਆਮ ਗੱਲ। ਅਤੇ ਇਸ ਗਾਣੇ ਨੂੰ ਬਣਾਉਂਦਾ ਇੱਕ ਮਤਲਬ ਹੈਗਾ ਆ ਕਿ ਜਿਹੜੇ ਗੁੰਡਾਗਰਦੀ ਕਰਦੇ ਬੰਦੇ ਹੈਗੇ ਆ ਉਹਨਾਂ ਨੂੰ ਸੰਭਾਲਣ ਵਾਸਤੇ, ਮੰਨ ਲਓ ਜੇ ਆਮ ਅਸੀਂ ਬੰਦੇ ਆ ਨਾ, ਦੇਵਾ ਕੀ ਅਦਾਲਤ ਫਿਲਮ ਦੇਖੀ ਸੰਨੀ ਦਿਓਲ ਜੀ ਤੁਸੀਂ, ਤਾਂ ਇਸ ਗਾਣੇ ਨੂੰ ਬਣਾਉਂਦਾ ਇੱਕ ਮਤਲਬ ਆ ਕਿ ਆਪਣੇ ਆਪ ਨੂੰ ਆਪ ਬਚਾਓ, ਸਵਾਰੀ ਆਪਣੇ ਆਪ ਦਾ ਆਪ ਜ਼ਿੰਮੇਵਾਰ ਆ, ਆਪਣੇ ਸਮਾਨ ਦੀ ਅਤੇ ਆਪਣੇ ਆਪ ਦੀ। ਬਸ ਇਸ ਗਾਣੇ ਨੂੰ ਬਣਾਉਂਦਾ ਇਹੀ ਮਤਲਬ ਆ ਕਿ 7 ਵਜੇ ਪੈਗ ਲਾਉਂਦਾ ਸੀ ਅਤੇ 8 ਵਜੇ ਉਹਨੇ ਵਾਰਦਾਤ ਕਰਤੀ। ਤਾਂ ਜੇ ਚੈਨਲ 'ਤੇ ਨਵੇਂ ਆ, ਲਾਈਕ ਕਰਨ, ਕਮੈਂਟ ਕਰਨ, ਸਬਸਕ੍ਰਾਈਬ ਕਰਨ ਅਤੇ ਬੈਲ ਆਈਕਨ ਔਨ ਕਰ ਲੈਣ। ਧੰਨਵਾਦ ਜੀ ਸਰ ਤੁਹਾਡਾ ਵੀਡੀਓ ਦੇਖਣ ਲਈ। ਜੇ ਕੋਈ ਭੁੱਲ ਚੁੱਕ ਹੋ ਗਈ ਹੋਵੇ, ਗਲਤੀ ਹੋ ਗਈ ਹੋਵੇ ਤਾਂ ਕਮੈਂਟ 'ਚ ਦੱਸ ਸਕਦੇ ਹੋ ਮੇਰੇ ਯੂਟਿਊਬ ਫੈਮਿਲੀ। ਧੰਨਵਾਦ ਜੀ।